ਜੈਪੁਰ ਤੋਂ 15-16 ਮੀਲ ਦੀ ਦੂਰੀ 'ਤੇ ਪਿੰਡ ਹੈ ਨਰਾਇਣਾ। ਇੱਥੋਂ ਲੰਘਦੇ ਹੋਏ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਨਾਂਦੇੜ ਜਾ ਰਹੇ ਸੀ। ਪਾਤਸ਼ਾਹ ਜੀ ਜਦ ਨਰਾਇਣਾ ਪਿੰਡ ਪਹੁੰਚੇ ਤਾਂ ਇੱਥੇ ਭਗਤ ਦਾਦੂ ਜੀ ਦੀ ਕਬਰ ਸੀ ਅਤੇ ਦਾਦੂ ਪੰਥੀਆਂ ਦਾ ਇੱਕ ਬਹੁਤ ਵੱਡਾ ਡੇਰਾ ਵੀ ਸੀ। ਮਹਾਰਾਜ ਜਾਣੀ ਜਾਣ ਸਤਿਗੁਰੂ ਜੀ ਕੀ ਕਰਦੇ ਹਨ ਕਿ ਆਪਣੇ ਤੀਰ ਦੇ ਨਾਲ ਕਬਰ ਨੂੰ ਸਜਦਾ ਕਰਦੇ ਹਨ। ਇਹ ਦੇਖ ਕੇ ਜੋ ਨਾਲ ਦੇ ਸਿੰਘ ਸਨ ਉਹਨਾਂ ਸਤਿਗੁਰੂ ਜੀ ਦੀ ਬਾਂਹ ਪਕੜ ਲਈ। ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਕਹਿੰਦੇ ਹੋ ਕਿ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮੱਟ ਭੂਲ ਨਾ ਮਾਨੈ, ਕਿ ਭੁੱਲ ਕੇ ਵੀ ਕਬਰਾਂ ਨੂੰ ਨਹੀਂ ਮੰਨਣਾ, ਭੁੱਲ ਕੇ ਵੀ ਮੜੀਆਂ ਨੂੰ ਨਹੀਂ ਮੰਨਣਾ, ਅਤੇ ਖੁਦ ਮੜੀ ਨੂੰ ਮੱਥਾ ਟੇਕੀ ਜਾਂਦੇ ਹੋ, ਕਬਰ ਨੂੰ ਮੱਥਾ ਟੇਕੀ ਜਾਂਦੇ ਹੋ, ਇਹਦਾ ਜਵਾਬ ਦਿਓ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਅੱਜ ਤੋਂ ਮੈਂ ਸੁਤੰਤਰ ਹੋ ਗਿਆ। ਮੈਨੂੰ ਖਿਆਲ ਆਉਂਦਾ ਸੀ ਮੈਂ ਜੋੜਿਆ ਤੁਹਾਨੂੰ ਸ਼ਬਦ ਨਾਲ ਹੈ, ਕਿਤੇ ਭਟਕ ਤਾਂ ਨਹੀਂ ਜਾਓਗੇ ਤੁਸੀਂ, ਪਰ ਅੱਜ ਜੇ ਤੁਸੀਂ ਮੇਰੀ ਬਾਂਹ ਪਕੜ ਲਈ ਹੈ ਅਤੇ ਮੈਨੂੰ ਵੀ ਸਵਾਲ ਕੀਤਾ ਹੈ। ਸਤਿਗੁਰ ਕਹਿਣ ਲੱਗੇ, ਖਾਲਸਾ ਜੀ ਮੈਂ ਕਬਰਾਂ ਦਾ ਪੁਜਾਰੀ ਨਹੀਂ, ਮੈਂ ਤਾਂ ਇਹ ਵੇਖਣਾ ਚਾਹੁੰਦਾ ਸੀ ਤੁਸੀਂ ਸਾਰਿਆਂ ਨੇ ਮੱਥਾ ਟੇਕਣਾ ਹੈ ਕਿ ਨਹੀਂ, ਤੁਹਾਡੇ ਅੰਦਰ ਕੋਈ ਪ੍ਰਕਾਸ਼ ਪੈਦਾ ਹੋਇਆ ਹੈ ਕਿ ਨਹੀਂ, ਜਾਂ ਕਿਤੇ ਤੁਸੀਂ ਲਕੀਰ ਦੇ ਫਕੀਰ ਤਾਂ ਨਹੀਂ ਬਣ ਗਏ ਕਿ ਸਤਿਗੁਰ ਜੀ ਨੇ ਸਜਦਾ ਕੀਤਾ ਅਤੇ ਅਸੀਂ ਵੀ ਕਰੀਏ। ਮੈਂ ਤਾਂ ਵੇਖਣਾ ਸੀ ਕਿ ਮੇਰੇ ਸ਼ੇਰ ਭੇਡਾਂ ਵਾਂਗ ਭੇਡ ਚਾਲ ਤਾਂ ਨਹੀਂ ਕਰ ਰਹੇ। ਫਰਮਾਨ ਕੀਤਾ ਕਿ ਭੇਡ ਚਾਲ ਨਹੀਂ ਹੈ ਤੁਹਾਡੇ ਵਿੱਚ, ਹੁਣ ਤੁਸੀਂ ਪੂਰੇ ਹੋ, ਤੁਸੀਂ ਮੁਕੰਮਲ ਹੋ, ਮੈਂ ਤੁਹਾਡੀ ਪ੍ਰੀਖਿਆ ਲੈਣੀ ਸੀ, ਤੁਸੀਂ ਪੂਰੇ ਉਤਰੇ ਹੋ। ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਤੁਸੀਂ ਮੇਰੀ ਬਾਂਹ ਰੋਕ ਸਕਦੇ ਹੋ, ਤੁਸੀਂ ਕਿਸੇ ਨੂੰ ਵੀ ਰੋਕ ਸਕਦੇ ਹੋ ਜੋ ਗਲਤ ਕੰਮ ਕਰਦਾ ਹੋਵੇ, ਤੁਸੀਂ ਗਲਤ ਕੰਮ ਨਹੀਂ ਹੋਣ ਦਿਓਗੇ। ਇਹ ਇਤਿਹਾਸਕ ਵਾਰਤਾ ਸਾਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਦੀ ਮੁਕੰਮਲ ਸੁਤੰਤਰਤਾ ਸਾਨੂੰ ਪ੍ਰਦਾਨ ਕੀਤੀ ਸੀ ਦਸਾਂ ਗੁਰੂ ਸਾਹਿਬਾਨ ਨੇ, ਕਿ ਅਸੀਂ ਭੇਡ ਚਾਲ ਨਹੀਂ ਫੜਨੀ, ਗੁਰੂ ਦਾ ਹੁਕਮ ਮੰਨਣਾ ਹੈ, ਹੁਕਮ ਮੰਨਣਾ ਹੀ ਨਹੀਂ ਉਸ ਨੂੰ ਲਾਗੂ ਵੀ ਕਰਨਾ ਹੈ, ਕਮਾਉਣਾ ਵੀ ਹੈ, ਅਤੇ ਜਿੱਥੇ ਕਿਤੇ ਕੁਝ ਗਲਤ ਹੋਇਆ ਉਸ ਨੂੰ ਰੋਕਣਾ ਵੀ ਹੈ। ਪਰ ਅਸੀਂ ਫਿਰ ਕੈਦ ਹੋ ਗਏ ਇਹਨਾਂ ਬੰਧਨਾਂ ਵਿੱਚ, ਜਿਨ੍ਹਾਂ ਕੰਮਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ, ਅਸੀਂ ਫਿਰ ਉਹਨਾਂ ਫੋਕੇ ਕੰਮਾਂ ਵਿੱਚ ਜੀਵਨ ਬਰਬਾਦ ਕਰ ਰਹੇ ਹਾਂ। ਜੋ ਇਲਾਹੀ ਹੁਕਮ ਅਤੇ ਗੁਰਬਾਣੀ ਸਿਧਾਂਤ ਸਾਨੂੰ ਗੁਰੂ ਸਾਹਿਬ ਬਖਸ਼ ਕੇ ਗਏ ਸੀ, ਅਸੀਂ ਉਹਨਾਂ ਨਾਲੋਂ ਨਾਤਾ ਤੋੜ ਕੇ ਉਹੀ ਕਰਮਕਾਂਡ, ਉਹੀ ਉਹ ਕਬਰ ਪੂਜਾ ਅਤੇ ਉਹੀ ਸਭ ਕੁਝ ਕਰਨ ਲੱਗ ਪਏ ਹਾਂ ਜੋ ਗੁਰਬਾਣੀ ਸਿਧਾਂਤ ਤੋਂ ਉਲਟ ਹੈ। ਸਿੱਖ ਹੋ ਕੇ ਸਿੱਖੀ ਕਮਾਉਣੀ ਹੈ, ਗਵਾਉਣੀ ਨਹੀਂ।